ਦੋਨਾ ਮੱਤੜ ਗਜਨੀਵਾਲਾ ਵਿਖੇ ਮੌਜੂਦ ਹੈਗੇ ਹਾਂ ਅਤੇ ਇਸ ਜਗ੍ਹਾ 'ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਕਾਇਦਾ ਇੱਥੇ ਪਹੁੰਚਿਆ ਗਿਆ ਸੀ ਅਤੇ ਉਹਨਾਂ ਵੱਲੋਂ ਜਿਹੜੀਆਂ ਦੋ ਬੇੜੀਆਂ ਕਹੀਆਂ ਗਈਆਂ ਸੀ ਇਹ ਪਿੰਡਾਂ ਦੇ ਕਿਸਾਨਾਂ ਨੂੰ ਅਤੇ ਉਹ ਬੇੜੀਆਂ ਜਿਹੜੀਆਂ ਅੱਜ ਬਕਾਇਦਾ ਪੁੱਜਦੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਇਹਨਾਂ ਬੇੜੀਆਂ ਨੂੰ ਲੋਕਾਂ ਨੂੰ ਅਰਪਣ ਕਰਨ ਲਈ ਸਰਦਾਰ ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਉਹਨਾਂ ਦੇ ਬੇਟੇ ਹਰਪਿੰਦਰ ਸਿੰਘ ਮਾਨ ਦੋਨਾਂ ਮਤਲਬ ਗਜਨੀਵਾਲਾ ਪਹੁੰਚੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਤੇ ਉਹ ਬੇੜੀਆਂ ਜਿਹੜੀਆਂ ਅੱਜ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਦੋ ਬੇੜੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਬਕਾਇਦਾ ਉੱਪਰ ਸਟਿੱਕਰ ਲੱਗ ਰੱਖਿਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਮ ਪੀ ਫਿਰੋਜ਼ਪੁਰ ਵੱਲੋਂ ਗ੍ਰਾਮ ਪੰਚਾਇਤ ਝੰਡੀਆਂ ਵਾਲਾ ਚੁੱਕੇ ਗਜਨੀਵਾਲਾ ਨੂੰ ਇਹ ਬੇੜੀਆਂ ਦਿੱਤੀਆਂ ਨੇ ਇੱਕ ਬੇੜੀ ਜਿਹੜੀ ਹੈ ਉਹ ਬੇੜੀ ਟਰਾਲੀ ਦੇ ਵਿੱਚ ਖੜ੍ਹੀ ਹੈ ਅਤੇ ਗੱਲਬਾਤ ਕਰ ਲੈਂਦੇ ਹਾਂ ਇਹਨਾਂ ਕਿਸਾਨਾਂ ਦੇ ਨਾਲ ਇਹ ਅੱਜ ਬੇੜੀਆਂ ਜਿਹੜੀਆਂ ਨੇ ਕਿਸਾਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਹਾਂਜੀ ਮਾਨ ਸਾਹਿਬ ਪਹੁੰਚਾ ਦਿੱਤੀਆਂ ਗਈਆਂ ਜੀ ਬੇੜੀਆਂ ਜਿਹੜੀਆਂ ਬਾਦਲ ਸਾਹਿਬ ਕਹਿ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜੋ ਹੁਕਮ ਹੋਇਆ ਸੀ ਦੋ ਬੇੜਿਆਂ ਦਾ ਉਦਣ ਹੁਕਮ ਹੋਇਆ ਸੀਗਾ ਉਹਦਾ ਪਹੁੰਚਾ ਦਿੱਤੀਆਂ ਉਸ ਤੋਂ ਬਾਅਦ ਫਿਰ ਗੱਲ ਹੋਈ ਸੀਗੀ ਤਾਂ ਲੋਕਾਂ ਵੱਲੋਂ ਇਹੀ ਸੀ ਕਿ ਇੱਕ ਬੇੜਾ ਹੋਰ ਦਿੱਤਾ ਜਾਵੇ ਰਾਜਾ ਪਿੰਡ ਪੈਂਦੇ ਜੀ ਹਲਕੇ ਦੇ ਨੌਂ ਬ੍ਰਾਹਮ ਸ਼ੇਰ ਸਿੰਘ ਵਾਲਾ ਸ਼ੇਰ ਸਿੰਘ ਵਾਲਾ ਅਤੇ ਉੱਧਰ ਕਾਫੀ ਜਿਹੜੀ ਦਿੱਕਤ ਹੈ ਇੱਕ ਬੇੜੀ ਸੀ ਜੀ ਕੱਲ੍ਹ ਪਰਸੋਂ ਅਸੀਂ ਗਏ ਸੀ ਅਤੇ ਪਾਣੀ ਭਰ ਜਾਂਦਾ ਅਤੇ ਉਹ ਵੀ ਡੁੱਬਣ ਦੇ ਬਾਦਲ ਸਾਹਿਬ ਉੱਥੇ ਵੀ ਜਾ ਗਿਆ ਆ ਅਤੇ ਉਹਨਾਂ ਲੋਕਾਂ ਦੇ ਵੀ ਸਾਰ ਲਈ ਜਾਵੇ ਜੀ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਗੁਰੂ ਸਾਹਿਬ ਲਾਈਵ ਦੇ ਜਰੀਏ ਬਾਦਲ ਸਾਹਿਬ ਜਾ ਕੇ ਵੀ ਆਏ ਹੈ ਜੀ ਉੱਥੋਂ ਚਾਰੇ ਦੀ ਵੀ ਮੰਗ ਹੋਈ ਸੀ ਉਦੋਂ ਵੰਡ ਕੇ ਪਹਿਲਾਂ ਦੀ ਗੱਲ ਹੀ ਹੈ ਜੀ ਬਾਦਲ ਸਾਹਿਬ ਵਾਅਦਾ ਕਰਕੇ ਗਏ ਸੀ ਉਹਨਾਂ ਨੇ ਵਾਅਦਾ ਪੂਰਾ ਕੀਤਾ ਬੇੜੀਆਂ ਪਹੁੰਚਦੀਆਂ ਕਰਤੀਆਂ ਅੱਜ ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ ਹੋਰ ਕੋਈ ਬੋਲਣਾ ਚਾਹੁੰਦਾ ਜੀ ਪਿੰਡ 'ਚ ਹਾਂਜੀ ਬਾਈ ਜੀ ਹਾਂਜੀ ਕਹਿ ਦਿਓ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਕੁਝ ਦਿਨ ਪਹਿਲਾਂ ਆਪਣੇ ਮਾਣਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਸੀ ਇੱਥੇ ਜਾਇਜ਼ਾ ਲੈਣ ਪਾਣੀ ਦਾ ਅਤੇ ਸਾਡੇ ਵੱਲੋਂ ਡਿਮਾਂਡ ਕੀਤੀ ਗਈ ਸੀ ਪਿੰਡ ਗਜਨੀਵਾਲੇ ਵੱਲੋਂ ਵੀ ਬੇੜੀਆਂ ਦੋ ਦੀ ਇੱਕ ਸਾਡੇ ਪਿੰਡ ਚੱਕ ਰੋਕੇ ਠਾੜ ਤੋਂ ਜੀ ਅਤੇ ਬਾਈ ਜੀ ਨੋਨੀ ਮਾਨ ਜੀ ਹੋਣਾਂ ਨੂੰ ਕਹਿ ਕੇ ਅਤੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਅੱਜ ਪੂਰਾ ਕੀਤਾ ਅਤੇ ਬੇੜੀ ਸਾਡੇ ਪਿੰਡ ਦੇ ਪੰਚਾਇਤ ਨੂੰ ਦੇ ਦਿੱਤੀ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਜਿੱਦਾਂ ਅੱਜ ਦੋ ਬੇੜੀਆਂ ਪਹੁੰਚੀਆਂ ਇੱਕ ਬੇੜੀ ਚੱਕ ਰਾਊਕ ਨੇ ਦੇ ਦਿੱਤੀ ਅਤੇ ਗਜਨੀਵਾਲਾ ਨੂੰ ਦੋ ਕੰਨਾਂ ਸੀ ਹਾਂਜੀ ਉਹ ਵੀ ਇੱਕ ਬਣ ਰਹੀ ਹੈ ਜੀ ਇੱਕ ਹਫ਼ਤੇ 10 ਦਿਨਾਂ ਦੇ ਵਿੱਚ ਦੂਸਰੀ ਉਹ ਤੀਸਰੀ ਬੇੜੀ ਵੀ ਆ ਜੂ ਦੋ ਕੰਨਾਂ ਸੀ ਅਤੇ ਤਿੰਨ ਦੇ ਦਿੱਤੀਆਂ ਹਾਂਜੀ ਹਾਂਜੀ ਤਿੰਨ ਦੇ ਦਿੱਤੀਆਂ ਠੀਕ ਹੈ ਜੀ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਬੇੜੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਅਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਬੇੜੀ ਜਿਹੜੀ ਹੈ ਟਰਾਲੀ 'ਤੇ ਖੜ੍ਹੀ ਹੈ ਅਤੇ ਇੱਕ ਬੇੜੀ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਹੈ ਉਸ ਬੇੜੀ ਨੂੰ ਬਕਾਇਦਾ ਛੱਡ ਦਿੱਤਾ ਗਿਆ ਅਤੇ ਇਹ ਦੋਨਾਂ ਮਤਲਬ ਗਜਨੀਵਾਲਾ ਪਿੰਡ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬੇੜੀਆਂ ਜਿਹੜੀਆਂ ਨੇ ਅੱਜ ਲੋਕ ਅਰਪਣ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਬਾਰਡਰ ਪੱਟੀ ਦੇ ਲੋਕਾਂ ਦੀ ਵੱਡੀ ਜਿਹੜੀ ਮੰਗ ਹੈ ਵੱਡੀ ਮੰਗ ਇਹਨਾਂ ਬੇੜੀਆਂ ਨੂੰ ਲੈ ਕੇ ਰਹੀ ਹੈ ਅਤੇ ਗੁਰੂ ਹਰ ਸਾਹਿਬ ਦੇ ਹੋਰ ਵੀ ਕਾਫੀ ਪਿੰਡ ਨੇ ਜਿੱਥੇ ਬੇੜੀਆਂ ਦੀ